ਮੈਂ ਛਿੰਦੀ ਕੁੜੇ, ਹੁਣ ਮੈਂ ਚੱਲੀ ਹਾਂ ਮਿੰਦੋ ਕੇ ਘਰੇ। ਹੁਣ ਮੈਂ ਉਹਨਾਂ ਦੇ ਘਰੇ ਅੱਗ ਲਾ ਕੇ ਆਉਣੀ, ਮਸਾਲਾ ਲਾ ਕੇ ਆਉਣੀ ਆ। ਪਤਾ ਨਹੀਂ ਘਰੇ ਆ। ਨੀ ਮਿੰਦੋ, ਨੀ ਮਿੰਦੋ, ਮੇਰੀ ਗੱਲ ਹੀ ਨਹੀਂ ਸੁਣਦੀ। ਨੀ ਕੁੜੇ ਘਰੇ ਹੀ ਆ। ਨੀ ਆ ਜਾ ਚਾਚੀ, ਮੈਂ ਕਿੱਥੇ ਜਾਣਾ, ਆ ਅੱਗ ਲੱਗਣੇ ਕੰਮ ਕਾਰ ਹੀ ਨਹੀਂ ਮੁੱਕਦੇ। ਆ ਸਵੇਰ ਤੋਂ ਲੈ ਕੇ ਆਥਣ ਹੋ ਜਾਂਦੀ ਆ। ਆ ਜਾ ਬਹਿ ਜਾ, ਚਾਹ ਬਣਾਉਣੀ ਆ। ਸ਼ੁਕਰ ਆ ਤਾਂ ਘਰੇ ਟੱਕਰ ਗਈ। ਨੀ ਆ ਜਾ, ਆ ਜਾ ਚਾਚੀ, ਆ ਜਾ ਬਹਿ ਜਾ, ਚਾਹ ਬਣਾਉਣੀ, ਆ ਜਾ। ਨੀ ਮੇਰੀ ਗੱਲ ਸੁਣ, ਚਾਹ ਨੂੰ ਤੂੰ ਮਾਰ ਗੋਲੀ, ਤੇਰਾ ਤਾਂ ਘਰ ਪੱਟਣ ਵਾਲਾ ਹੋਇਆ ਪਿਆ। ਨੀ ਸ਼ੁਭ ਸ਼ੁਭ ਬੋਲ ਚਾਚੀ, ਨੀ ਆ ਕੀ ਕਹੀ ਜਾਂਦੀ ਆ। ਨੀ ਮੇਰੀ ਗੱਲ ਸੁਣ, ਜਿਹੜੇ ਤੇਰੇ ਘਰ ਵਾਲਾ ਨਾ ਬੰਤਾ, ਉਹ ਜਿਹੜੀ ਟਿੱਬੇ ਵਾਲੀ ਕੇਸਰੋ, ਉਹਦੇ ਨਾਲ ਹੱਸ ਹੱਸ ਕੇ ਗੱਲਾਂ ਕਰਦਾ ਭੈਣੇ, ਉਹਦੇ ਸੰਗਲ ਸੁੰਗਲ ਪਾਲਾ। ਮੈਂ ਤਾਂ ਤੈਨੂੰ ਸਮਝਾਉਣ ਆਈ ਆ। ਨਾ ਨਾ ਚਾਚੀ, ਮੇਰਾ ਘਰ ਵਾਲਾ ਇਹੋ ਜਿਹਾ ਨਹੀਂ ਹੈਗਾ, ਤੈਨੂੰ ਭੁਲੇਖਾ ਲੱਗ ਗਿਆ ਹੋਣਾ। ਨੀ ਮੇਰੀ ਗੱਲ ਸੁਣ, ਹੋਰ ਮੈਂ ਅੰਨੀ ਆ, ਉਹ ਹੱਸ ਹੱਸ ਕੇ ਗੱਲਾਂ ਕਰਦਾ ਸੀ। ਅੱਛਾ ਚਾਚੀ, ਸੱਚੀ ਮੇਰਾ ਹੀ ਬੰਦਾ ਸੀ? ਨੀ ਮੇਰੇ ਤੇ ਸੁਪਨੇ, ਹੋਰ ਮੇਰਾ ਬੰਦਾ ਸੀ, ਤੇਰਾ ਹੀ ਬੰਦਾ ਸੀ। ਹਾਏ ਚਾਚੀ, ਕੀ ਬਣੂ ਇਸ ਬੰਦੇ ਦਾ। ਕੁੜੇ ਮੇਰੀ ਗੱਲ ਸੁਣ, ਮੇਰੀ ਗੱਲ ਦੀ ਚੁਗਲੀ ਨਾ ਸਮਝੀ, ਨਾ ਮੈਂ ਚੁਗਲੀਆਂ ਦੀ ਕੌਣ ਜਾਵਾਂ, ਆਪਦਾ ਬੰਦਾ ਸੰਭਾਲ ਲਾ। ਤੀਵੀਂ ਵੇਖੀ ਨੂੰ ਤਾਂ ਕੁੱਤੇ ਦੀ ਪੂਛ ਮੈਨੂੰ ਮਗਰ ਜਾਂਦੇ ਆ। ਮੇਰੀ ਗੱਲ ਦਿਮਾਗ 'ਚ ਪਾ ਲਾ। ਕੋਈ ਨੀ ਚਾਚੀ, ਆਉਂਦੇ ਇਹਨੂੰ ਘਰੇ, ਇਹਨੂੰ ਤਾਂ ਮੈਂ ਮਿਰਜ਼ਾ ਬਣਾਉਣੀ ਆ। ਚੰਗਾ ਕੁੜੇ, ਮੈਂ ਤਾਂ ਜਾਣੀ ਆ, ਚੁੱਲ੍ਹੇ 'ਤੇ ਸਬਜ਼ੀ ਰੱਖ ਕੇ ਆਈ ਆ, ਕਿਤੇ ਨਾਲ ਨਾ ਲੱਗ ਜੇ। ਦਿਮਾਗ 'ਚ ਪਾ ਲਈ ਮੇਰੀ ਗੱਲ। ਕੋਈ ਨੀ, ਇਹਨੂੰ ਤਾਂ ਘਰੇ ਆਉਂਦੇ, ਇਹਨੂੰ ਤਾਂ ਮੈਂ ਦੱਸਦੀ ਆ। ਲੈ ਕੁੜੇ, ਮੈਂ ਤਾਂ ਆਪਦਾ ਕੰਮ ਜਿਹੜਾ ਕਰਨਾ ਸੀ ਕਰਤਾ, ਹੁਣ ਮੈਂ ਲਾ ਤੇ ਕੋਕੇ, ਤੇ ਜੇ ਨਾ ਇਹਨਾਂ ਦਾ ਇੱਕ ਅੱਧੇ ਦਾ ਸਿਰ ਪੜਵਾਇਆ ਨਾ, ਤਾਂ ਮੈਨੂੰ ਵੀ ਝੁੰਬੇ ਵਾਲੀ ਛਿੰਦੀ ਨਾ ਜਾਣਨ। ਛਿੰਦੀ ਕਿਵੇਂ ਮਟਕਾਉਂਦੀ ਆ? ਮੈਂ ਕਿਹਾ ਕੱਲੀ ਨੂੰ ਨਾ ਕੱਲੀ ਟੱਕਰੀ, ਮੇਰੀ ਜੇਬ ਲੱਡੂਆਂ ਨੇ ਪਾੜੀ। ਕਿਵੇਂ ਆ ਛਿੰਦੀ, ਤੂੰ ਮਰ ਜੇ ਕਿਵੇਂ ਬੋਲਦਾ ਹੈ? ਮੈਂ ਤੇਰੇ ਮਾਵਾਂ ਵਰਗੀ ਆ, ਆ ਸੈਂਡਲ ਦੀ ਨਾ 100 ਮਾਰ ਕੇ ਇੱਕ ਗਿਣੂਗੀ। ਓ ਨਾ ਨਾ, ਮੈਂ ਤਾਂ ਇਹ ਕਹਿੰਦਾ ਸੀ, ਹੁਣ ਤਾਂ ਤੇਰੀ ਉਮਰ ਢਲਦੀ ਜਾਂਦੀ ਆ, ਹੁਣ ਤਾਂ ਛੱਡ ਦੇ ਪਿੰਡ ਦੇ ਮੁੰਡਿਆਂ ਨੂੰ ਮਟਕ ਨਾਲ ਚੱਲਣਾ। ਤੇ ਮੇਰੀ ਮਟਕ ਤਾਂ ਹੀ ਰਹੂਗੀ। ਚੱਲ ਉਹ ਤਾਂ ਛੱਡ, ਪਰ ਮੈਂ ਤੈਨੂੰ ਇਹ ਪੁੱਛਦਾ ਵੀ ਤੂੰ ਅੱਜ ਕਿਵੇਂ ਚੱਕਵੇਂ ਪੈਰੀ ਹੋਈ ਜਾਂਦੀ ਆ? ਬੇ ਮਰ ਜੇ, ਮੈਂ ਤਾਂ ਗੇਲੇ ਸਰਪੰਚ ਕੋਲੇ ਗਈ ਸੀ। ਅੱਛਾ, ਉਹ ਰੁੜ ਜਾਣਾ ਪਤਾ ਨੀ ਕਿੱਥੇ ਗਿਆ, ਉਹ ਮਿਲਿਆ ਨੀ, ਮੈਂ ਤਾਂ ਕਾਗਜ਼ ਪੱਤਰ ਉਹਦੇ ਘਰੇ ਹੀ ਰੱਖੇ। ਚੱਲ ਅੰਗੂਠਾ ਤਾਂ ਤੂੰ ਲਵਾ ਲਈ, ਤੈਨੂੰ ਨੀ ਪਤਾ ਗੇਲਾ ਸਰਪੰਚ ਬੜਾ ਉਤਰਾ, ਕਿਤੇ ਕਾਗਜ਼ਾਂ ਤੇ ਅੰਗੂਠਾ ਲਾਉਂਦਾ ਰਹਿੰਦਾ, ਕਿਤੇ ਹੋਰ ਹੀ ਲਾ ਜੇ ਅੰਗੂਠਾ। ਗੱਲ ਸੁਣ ਵੇ, ਐਡੀ ਨੀ ਮੈਂ ਕੰਨਾਂ ਦੀ ਕੱਚੀ, ਤੈਨੂੰ ਪਤਾ ਨਾਜਰ ਦਾ ਕਿਵੇਂ ਜਲੂਸ ਕੱਢਿਆ ਸੀ ਮੈਂ, ਕਿੰਨਾ ਭੈੜਾ ਗੁੱਸਾ ਮੇਰੇ 'ਚ। ਨੀ ਜਾਣਦਾ ਨੀ, ਮੈਂ ਜਾਣਦਾ ਕਿਉਂ ਗਪੌੜ ਸੁੱਟੀ ਅੰਨੀ ਆ, 20 ਵਾਰੀ ਸਮੋਸੇ ਖਾਂਦੀ ਦੇਖੀਏ ਨਾਜਰ ਹਵਾਈ ਕਰ, ਨਾਲੇ ਆਪਦੇ ਹੱਥਾਂ ਨਾਲ ਖਾਉਂਦਾ ਰਿਹਾ, ਤੈਨੂੰ ਮਾਰਦੀ ਆ ਗੱਲਾਂ। ਬੇ ਮੇਰੀ ਗੱਲ ਸੁਣ, ਇਹ ਜਿਹੀਆਂ ਗੱਲਾਂ 'ਚ ਕੁਛ ਨੀ ਪਿਆ, ਜੇ ਤੈਨੂੰ ਪਤਾ ਨਾ, ਤੂੰ ਮੇਰੀ ਬਦਨਾਮੀ ਨਾ ਕਰ। ਉਹ ਚੱਲ ਹੁਣ ਆਈ ਨਾ ਗੱਡੀ ਲੈਣ ਤੇ, ਚੱਲ ਠੀਕ ਆ,
ਹੁਣ ਮੈਂ ਚੱਲ ਚੱਲ ਵੇ ਤੂੰ ਤਾਂ ਵਿਹਲਾ, ਮੈਂ 100 ਕੰਮ ਕਰਨੇ ਆ। ਮੈਂ ਵੀ ਚੱਲਦਾ, ਨਹੀਂ ਮੈਂ ਵੀ ਚੱਲਦਾ, ਮੈਂ ਕਿਹੜਾ ਵਿਹਲਾ। ਨਾਲੇ ਗੱਲ ਸੁਣ, ਮਿਲਦੀ ਗਲਦੀ ਹੋਈ ਠੀਕ ਹੈ। ਚੱਲ ਕੋਈ ਨੀ, ਤੇਰੇ ਨਾਲ ਕਾਹਦਾ ਗੁੱਸਾ ਮੈਨੂੰ। ਚੱਲ ਠੀਕ ਆ, ਤੂੰ ਜਾ ਘਰੇ, ਤੇਰੀ ਘਰ ਵਾਲੀ ਦੇਖੀ ਤੇਰਾ ਮੋਰ ਬਣਾਉਂਦੀ ਕਿਵੇਂ, ਮੈਨੂੰ ਵੀ ਪਰਛਿੰਦੀ ਨਾ ਜਾਣੀ। ਹਾਏ ਸੌਣ ਦੇ ਸ਼ਰਾਟਿਆਂ ਚ ਭਿੱਜ ਗਈ ਵੇ, ਮੈਨੂੰ ਛੱਤਰੀ ਦੇ ਹੇਠੀ ਲਕਾ ਲਾ, ਠੰਡ ਲੱਗਦੀ ਏ ਮੈਨੂੰ, ਠੰਡ ਲੱਗਦੀ ਏ, ਠੰਡ ਲੱਗਦੀ ਏ ਮੈਨੂੰ, ਠੰਡ ਲੱਗਦੀ ਏ ਮੈਨੂੰ, ਛੱਤਰੀ ਦੇ ਹੇਠ ਲਕਾ ਲਾ। ਉਹ ਤੇਰੀ ਦੀ ਉਹ ਆ ਕਿਵੇਂ ਲਾਟ ਮੁਤਫੀ ਪਈ ਆ, ਇਹਨੂੰ ਕੀ ਹੋ ਗਿਆ ਹੁਣ? ਚੁੱਪ ਚਾਪ ਤੂੰ ਕਿਉਂ ਖੜੀ ਹੈ, ਇਹ ਮੁਹੱਬਤ ਕੀ ਘੜੀ ਹੈ। ਆ ਜਾ ਖੇ ਖਾ ਕੇ। ਨਹੀਂ ਗੱਲ ਕੀ ਹੋਈ ਆ, ਕਿਉਂ ਤਪੀ ਪਈ ਆ? ਨਾ ਟਿੱਬੇ ਵਾਲੀ ਕੇਸਰੋ ਚ ਇਹੋ ਜਿਹਾ ਕੀ ਆ ਜਿਹੜਾ ਮੇਰੇ ਚ ਨੀ ਹੈਗਾ? ਤੈਂ ਸੋਚਿਆ ਹੋਣਾ ਇਹਨੂੰ ਕਿਹੜਾ ਪਤਾ ਲੱਗਣਾ, ਲੁੱਟ ਲਓ ਮੌਜਾਂ। ਨੀ ਕਿਉਂ ਐਵੇਂ ਅਵਾਤਵਾ ਬੋਲੀ ਜਾਂਦੀ ਆ, ਤੈਨੂੰ ਕਿਹਨੇ ਕਹਿਤਾ ਵੀ ਮੇਰਾ ਕਿਸੇ ਜਨਾਨੀ ਨਾਲ ਚੱਕਰ ਆ? ਵੇ ਅਵਾਤਵਾ ਨਹੀਂ ਬੋਲਦੀ ਨਾ, ਉਸ ਮਾਂ ਕੋਲੇ ਖੜਾ ਕੀ ਕਰਦਾ ਸੀ? ਨੀ ਮੈਂ ਉਹਦੇ ਕੋਲੇ ਖੜੇ ਨੇ ਕੀ ਕਰਨਾ, ਉਹ ਤਾਂ ਉਹਦਾ ਘਰ ਵਾਲਾ ਮੋਟਰਸਾਈਕਲ ਤੋਂ ਡਿੱਗ ਪਿਆ, ਦਾਰੂ ਪੀਤੀ ਸੀ। ਮੈਂ ਸੋਚਿਆ ਵਿਚਾਰੀ ਨਾਲ ਜਾਣ ਪਛਾਣ ਆ, ਹਾਲ ਚਾਲ ਹੀ ਪੁੱਛ ਲਾ। ਗੱਲ ਸੁਣ ਮੇਰੀ, ਖਬਰਦਾਰ ਜੇ ਕਿਸੇ ਤੀਵੀ ਦੇ ਨੇੜੇ ਲੱਗਿਆ ਤੇ ਸਾਰੇ ਪਿੰਡ ਚੋਂ ਮਸ਼ਹੂਰ ਆ, ਫਿਰ ਮੈਂ ਨਹੀਂ ਰਹਿੰਦੀ ਰਹਿੰਦੀ, ਉਹੀ ਸੌਂਕਣ ਰਹੂਗੀ ਮੇਰੀ। ਓਹੋ, ਉਹ ਤੇਰੇ ਕਿਹਨੇ ਕੰਨ ਭਰਤੇ, ਕਿਹਨੇ ਤੇਰੇ ਕੰਨ ਭਰਤੇ? ਮੈਨੂੰ ਲੱਗਦਾ ਜ਼ਰੂਰ ਛਿੰਦੋ ਆਈ ਹੋਊਗੀ, ਉਹੀ ਸਾਰੇ ਪਿੰਡ ਚ ਚੁਗਲਖੋਰ ਆ, ਆ ਮਸ਼ਹੂਰ ਆ ਇੱਕ ਨੰਬਰ ਦੀ। ਉਹ ਮੈਨੂੰ ਲੱਗਦਾ ਉਹੀ ਫੇਰਾ ਪਾ ਕੇ ਗਈ ਹੋਣੀ ਆ। ਲੈ ਹੁਣ ਸੱਚ ਪਤਾ ਲੱਗ ਗਿਆ, ਹੁਣ ਮਿਰਚਾਂ ਲੱਗਦੀਆਂ ਵਾ। ਉਹ ਗੱਲ ਸੁਣ, ਮੈਂ ਤੈਨੂੰ ਹਜੇ ਵੀ ਸਮਝਾਉਣਾ, ਉਹਦੇ ਮਗਰ ਨਾ ਲੱਗ, ਉਹ ਤਾਂ ਸਾਰੇ ਪਿੰਡ ਚ ਚੁਗਲਖੋਰ ਜਨਾਨੀ ਆ, ਤੂੰ ਆਪਣੇ ਘਰੇ ਕਲੇਸ਼ ਪਾਵੇਂਗੀ, ਆਪਣਾ ਘਰ ਪੱਟਿਆ ਜਾਊਗਾ, ਉਹਦਾ ਕੁਛ ਨੀ ਜਾਣਾ। ਚੱਲ ਜਾਣ ਦੇ ਗੁੱਸੇ ਨੂੰ, ਤੂੰ ਰੋਟੀ ਬਣਾ ਦੇ ਮੇਰੇ ਵਾਸਤੇ। ਆਹੋ ਆ ਮਿੰਦੋ ਤਾਂ ਬਸ ਰੋਟੀਆਂ ਬਣਾਉਣ ਜੋਗਰੀ ਆ, ਆ ਸਵਾਦ ਲੈਣ ਨੂੰ ਹੋਰ ਜੋ ਹੈਗੀਆਂ, ਆ ਫੇਰ ਕਹਿ ਦਿੰਦੇ ਮੂਹਰੇ ਬੋਲਦੀ ਆ, ਨਾ ਮੂਹਰੇ ਨਾ ਬੋਲਾਂ। ਮਿੰਦੋ, ਉਹ ਮਿੰਦੋ, ਓਏ ਵਾਹ ਓਏ ਰੱਬਾ, ਉਹ ਤੂੰ ਵੀ ਨਾ ਜਨਾਨੀਆਂ ਦੇ ਪਤਾ ਨਿੱਕਿਆ ਹੋਇਆ ਦਿਮਾਗ ਲਾਇਆ, ਆ ਦੇਖ ਲਾ ਚੰਗੀ ਗੱਲ ਇਹਨਾਂ ਦੇ ਸਮਝ ਨਹੀਂ ਆਉਂਦੀ, ਮਾੜੀ ਜੀ ਭੈੜੀ ਗੱਲ ਸੁਣ ਲਓ ਮਿੰਟ ਚ ਸਮਝ ਆ ਜਾਂਦੀ ਆ। ਉਹ ਮਿੰਦੋ ਲੈ ਕੁੜੇ, ਮੇਰੇ ਤਾਂ ਯਾਦ ਆ ਗਿਆ ਛਿੰਦੀ, ਤੇਰਾ ਡੱਲ ਦਿਮਾਗ ਆ ਕੁੜੇ, ਚਮਕੀਲੇ ਕੋਲੇ ਵੀ ਮੈਂ ਜਾ ਹੀ ਆਵਾਂ, ਇਹਨਾਂ ਦਾ ਘਰ ਵੀ ਉਹੀ ਆ, ਲੈ ਚਮਕੀਲੇ ਨੂੰ ਵੀ ਮੈਂ ਰੋਈ ਆ। ਜਿਹਦੇ ਉੱਤੇ ਮੈਂ ਮਰਦੀ ਦੁੱਖ ਸੁੱਖ ਕਰਨਾ ਆਇਆ ਚਾਚੀ ਲੰਘ ਗਿਆ।
ਮੈਂ ਮਰ ਜੇ ਮੈਂ ਤੈਨੂੰ ਦੁੱਖ ਸੁੱਖ ਕਰਨ ਆਈ ਆ। ਓਏ ਆਇਆ ਚਾਚੀ ਆਇਆ ਬਹਿਆ ਬੇ ਗੱਲ ਸੋਣਾ, ਤੇਰੇ ਘਰ ਵਾਲੀ ਕਿੱਥੇ ਗਈ ਆ? ਉਹ ਨਹੀਂ ਦਿਸਦੀ ਚਾਚੀ, ਉਹ ਤਾਂ ਕੱਲ ਦੀ ਪੇਕੇ ਗਈ ਹੋਈ ਆ। ਤੂੰ ਕਿਵੇਂ ਨਾਲੇ ਸਵੇਰੇ ਸਵੇਰੇ ਨਿਖਰੀ ਫਿਰਦੀ ਆ। ਗੱਲ ਸੁਣੋ, ਮੈਂ ਕਿੱਧਰ ਨਿਖਰਨਾ ਸੀ ਮਰ ਜੇ? ਮੈਂ ਤਾਂ ਕੱਲ ਤੇਰੀ ਬਹੂ ਵੇਖੀ, ਮਾਈ ਤਾਂ ਆਖਿਆ ਕਿਤੇ ਤੂੰ ਆ। ਉਹ ਗੱਲ ਹੋਈ ਪੱਠਿਆ ਪਹਾੜ ਤੇ ਨਿਕਲਿਆ ਚੂਹਾ, ਉਹਦੇ ਨਾਲ ਤਾਂ ਹੋਰ ਬੰਦਾ ਸੀ ਕੋਈ? ਨਾ ਨਾ ਚਾਚੀ, ਉਹ ਤਾਂ ਨਾਲ ਹੀ ਬਸ ਤੇ ਪੇਕੇ ਗਈ ਹੋਈ ਆ, ਨਾਲੇ ਮੇਰੀ ਘਰ ਵਾਲੀ ਗੈਰ ਬੰਦੇ ਨਾਲ ਕਿਵੇਂ ਘੁੰਮ ਲਊਗੀ ਬਾਜ਼ਾਰਾਂ ਚ। ਬੇ ਮੇਰੀ ਗੱਲ ਸੁਣ, ਤੂੰ ਹੈਗਾ ਭੋਲਾ, ਉਹ ਤਾਂ ਚਤਰ ਚਲਾਕ ਆ ਇੱਡੀ, ਕਿਤੇ ਹੋਰ ਨਾ ਕੋਈ ਬੰਝ ਖੜਾ ਕਰਦੇ। ਮੈਂ ਤਾਂ ਤੈਨੂੰ ਆਪਦਾ ਬਣਾ ਕੇ ਦੱਸਦੀ ਆ। ਬੇ ਮੇਰੀ ਗੱਲ ਸੁਣ, ਇਹੋ ਜਿਹਾ ਤੇ ਯਕੀਨ ਨੀ ਕਰੀਦਾ ਹੁੰਦਾ। ਉਹ ਕੋਈ ਨਾ ਚਾਚੀ, ਗੌਰ ਕਰਦਾ ਮੈਂ। ਗੌਰ ਕੀ ਕਰਨੇ, ਉਹਨੂੰ ਅੱਜ ਹੀ ਲਏ ਉਹਨਾਂ ਜਾ ਕੇ। ਮੇਰੀ ਗੱਲ ਸੁਣ, ਵੱਤਕ ਦਾ ਡੰਡਾ ਚੱਕ ਲਈ, ਗਿੱਟੇ ਗਿੱਟੇ ਭੰਨੀ ਮੇਰੀ ਸੌਪਣ ਦੇ। ਉਹ ਕੋਈ ਨਾ, ਉਹਨੂੰ ਆ ਲੈਣ ਦੇ, ਫਿਰ ਦੇਖਦੇ ਆ। ਬੇ ਮੇਰੀ ਗੱਲ ਸੁਣ, ਮੈਂ ਤਾਂ ਲੋਕਾਂ ਦਾ ਫਿਰ ਵੀ ਭਲਾ ਕਰਦੀ ਆ, ਲੋਕ ਮੈਨੂੰ ਫਿਰ ਵੀ ਕਹਿੰਦੇ ਛਿੰਦੀ ਚੁਗਲੀਆਂ ਕਰਦੀ ਆ। ਮੈਂ ਤਾਂ ਤੁਹਾਡਾ ਭਲਾ ਹੀ ਚਾਹੁੰਦੀ ਆ, ਗੌਰ ਰੱਖਿਆ ਉਹਦੀ ਤੀਵੀਂ ਤੇ। ਚੰਗਾ ਤੇ ਹੁਣ ਮੈਂ ਜਾਣੀ, ਮੈਨੂੰ ਕਵੇਲਾ ਹੋ ਗਿਆ। ਚਾਚੀ ਦੀ ਗੱਲ ਕਿਤੇ ਸਹੀ ਤਾਂ ਨਹੀਂ, ਮੈਨੂੰ ਗੌਰ ਕਰਨੀ ਪੈਣੀ ਆ ਉਹਦੇ ਤੇ। ਸੂਟ ਛੱਡੂ ਬੱਕੀਆਂ ਤੋਂ ਤੰਗ ਪਾਉਣਾ, ਮੁੰਡਿਆਂ ਚ ਵੈਰ ਪੈਣਗੇ। ਸੂਟ ਛੱਡ ਬੱਕੀਆਂ ਤੋਂ ਤੰਗ ਪਾਉਣਾ, ਮੁੰਡਿਆਂ ਚ ਵੈਰ ਪੈਣਗੇ। ਹਾਏ ਹਾਏ, ਮੈਂ ਕਿੱਡੀ ਸੋਹਣੀ ਆ, ਹਜੇ ਵੀ ਕੁੜੀਆਂ ਦੀ ਢੂਹੀ ਭੰਨਦੀ ਆ। ਮੈਂ ਸੁਣਿਆ ਸ਼ਿੰਦੋ ਕੱਲ ਤੂੰ ਘਰੇ ਗਈ ਸੀ। ਆਹੋ ਬੇ, ਮੈਂ ਕੱਲ ਗਈ ਸੀ ਕਾਗਜ਼ ਤੇ ਗੂਠਾ ਲਵਾਉਣ। ਕਿੱਥੇ ਉੱਜੜਿਆ ਸੀ ਤੂੰ? ਲਾ ਦਿਆਂਗੇ ਗੂਠਾ, ਗੂਠੇ ਭਾਵੇਂ ਚਾਰ ਲਵਾ ਲਈ, ਤਰਸੇ ਪਏ ਆ ਤੇਰੇ ਦਰਸ਼ਨ ਨੂੰ ਸਿੰਦੋ। ਕੱਢ ਲਾ ਕਿਸੇ ਦਿਨ ਟਾਈਮ, ਤਰਸੇ ਪਏ ਆ ਸਿੰਦੋ। ਬੇ ਤੂੰ ਕਮਲਾ ਹੋਇਆ ਪਿਆਗਾ, ਮੈਂ ਲੋਕਾਂ ਤੋਂ ਗੱਲਾਂ ਕਰਾਉਣਗਾ। ਉਹ ਕੇਸਰ ਨੂੰ ਪੁੱਛ ਲਾ, ਉਹੀ ਨੀ ਕਿਸੇ ਨੂੰ ਜਵਾਬ ਦਿੰਦੀ। ਪੁੱਛਿਆ ਤਾਂ ਸੀਗਾ, ਉਹ ਕਹਿੰਦੀ ਮੈਂ ਇਹੋ ਜਿਹੀ ਤੀਵੀ ਨਹੀਂ ਹੈਗੀ, ਉਹਨੇ ਜਵਾਬ ਦੇਤਾ। ਹੱਦ ਕਰਦਾ ਬੇ ਤੂੰ, ਉਹ ਤਾਂ ਉਹ ਗੱਲ ਆ, ਸੌ ਚੂਹਾ ਖਾ ਕੇ ਬਿੱਲੀ ਫੱਜ ਨੂੰ ਚੱਲੀ, ਬਾਲਾ ਨਾ ਖੁੱਲਿਆ ਕਰ ਮੇਰੇ ਨਾਲ ਆਲੇ, ਉਹਦੀ ਬੇਇੱਜ਼ਤੀ ਕਰਾ ਕੇ ਬਹਿ ਜਾਏਗਾ, ਹੋਰ ਨਾ ਟੰਬੇ ਖਾਲੀ। ਭੈਣ ਚੋ ਕੀ ਬਣੂਗਾ ਤੀਵੀਆਂ ਦਾ, ਜਿਹਨੂੰ ਪੁੱਛਦਾ ਉਹੀ ਸਾਲੀ ਜਵਾਬ ਦੇ ਦਿੰਦੀ ਆ। ਬੇ ਮੇਰੀ ਗੱਲ ਸੁਣ, ਤੈਨੂੰ ਆਹੀ ਕੰਮ ਰਹਿ ਗਿਆ, ਹੋਰ ਕੋਈ ਤੈਨੂੰ ਕੰਮ ਨੀ? ਤੈਨੂੰ ਬਾਲੀ ਨੀ ਅੱਗ ਲੱਗੀ? ਮੇਰੀ ਗੱਲ ਸੁਣ, ਨਾਲੇ ਮੈਂ ਤੈਨੂੰ ਇੱਕ ਕੰਮ ਕਹਿਣੀ, ਮੈਨੂੰ 1,000 ਰੁਪਏ ਉਧਾਰ ਹੀ ਦੇ ਦੇ। ਬੇ ਮੇਰੀ ਗੱਲ ਸੁਣ, ਮੈਂ ਤੇਰਾ 1,000 ਰੁਪਏ ਹਫ਼ਤੇ ਇੱਕ ਤੱਕ ਮੋੜ ਦੂੰਗੀ। ਚੰਗਾ ਲੈ, ਆਪਦੇ ਵਾਰੀ ਤਾਂ ਜਵਾਬ ਦੇ ਦਿੰਦੀ ਆ, ਤੇਰਾ ਕੀ ਭਰੋਸਾ ਤੂੰ ਮੋੜੇ ਜਾਂ ਨਾ ਮੋੜੇ। ਹੈ, ਮੈਂ ਤਾਂ ਉਸੇ ਨੂੰ ਦਊਂ ਜਿਹੜਾ ਮੇਰਾ ਕੰਮ ਸਾਰੂ। ਬੇ ਮੇਰੀ ਗੱਲ ਸੁਣ, ਅੱਗੇ ਕਿਹੜਾ ਮੈਂ ਲੈ ਕੇ ਪੈਸੇ ਭੱਜੀ ਆ? ਹੈ ਨਹੀਂ ਦਿੰਦਾ ਤਾਂ ਨਾ ਸਹੀ, ਮੈਂ ਤੇਰੇ ਛੋਟੇ ਭਾਈ ਤੋਂ ਲੈ ਲੂੰਗੀ ਪੈਸੇ, ਉਹਨੇ ਮੈਨੂੰ 20 ਵਾਰੀ ਕਿਹਾ ਗਾ ਜੇ ਮੇਰੇ ਤੱਕ ਲੋੜ ਪਈ ਤਾਂ ਮੈਨੂੰ ਦੱਸ ਦੀ। ਫਿਰ ਉਸੇ ਤੋਂ ਹੀ ਲਈ, ਉਹ ਵੀ ਸ਼ਕੀਨ ਹੈ ਇਹਨਾਂ ਕੰਮਾਂ ਦਾ, ਮੇਰੇ ਤਾਂ ਜਿਹੜਾ ਕੰਮ ਆ ਉਹ ਮੈਂ ਤਾਂ ਉਸੇ ਦਾ ਡੰਗ ਸਾਰੂ। ਵੇ ਐਂ ਕਾਹਤੋਂ ਕਰਦਾ, ਦੇ ਦੇਣਾ 1,000 ਰੁਪਇਆ। ਨਾ 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 ਨਾ, ਮੇਰੇ ਕੋਲ ਹੈ ਨਹੀਂ। ਕੋਈ ਗੱਲ ਨੀ ਪੁੱਤ, ਹਜੇ ਤੱਕ ਤੂੰ ਛਿੰਦੀ ਦੇ ਧੱਕੇ ਚੜਿਆ ਨੀ, ਜਦੋਂ ਤੁਹਾਡੇ ਘਰੇ ਆਈ ਨਾ, ਮਹੀਨਾ ਪਿਆ ਕਲੇਸ਼ ਤੇ ਉਦੋਂ ਜਾਣੇਗਾ ਛਿੰਦੀ ਦਾ ਜਲਵਾ ਕੀ ਹੁੰਦਾ, ਐਡਾ ਹਰਾਮੀ ਠਰਕੀ ਥੇ ਹੋਣਾ। ਹਾਂ ਬੰਤਿਆ, ਕਿਵੇਂ ਆਇਆ ਸੀ? ਓ ਯਾਰ ਸਰਪੰਚਾ, ਕੀ ਦੱਸਾਂ, ਆ ਛਿੰਦੀ ਨੀ ਹੈਗੀ ਝੁੰਬੇ ਵਾਲੀ, ਧਰਮ ਨਾਲ ਉਹਨੇ ਤਪਾ ਰੱਖਿਆ, ਜੀਣਾ ਦੁੱਭਰ ਕਰਤਾ ਯਾਰ। ਉਹ ਮੇਰੀ ਘਰ ਵਾਲੀ ਦੇ ਕੰਨ ਭਰ ਕੇ ਆਈ ਆ, ਪਤਾ ਨੀ ਉਹਨੂੰ ਕੀ ਕਹਿ ਕੇ ਆਈ ਆ। ਆ 2 ਦਿਨ ਹੋ ਗਏ ਮੇਰੀ ਘਰ ਵਾਲੀ ਮੇਰੇ ਨਾਲ ਲੜੀ ਜਾਂਦੀ ਆ, ਸਿੱਧੇ ਮੂੰਹ ਗੱਲ ਨੀ ਕਰਦੀ।
ਉਹ ਬੰਤਿਆ ਉਹਦੀ ਕੀ ਗੱਲ ਕਰਦਾ ਯਾਰ, ਉਹਦਾ ਤਾਂ ਕੰਮ ਹੀ ਚੁਗਲੀਆਂ ਲਾਉਣਾ ਤੇ ਲੋਕਾਂ ਨੂੰ ਲੜਾਉਣਾ। ਉਹ ਯਾਰ ਉਹ ਹੁਣ ਤੂੰ ਹੀ ਦੱਸ ਇਹੋ ਜਿਹੀ ਗਵਾਂਢਣ ਚੁਗਲਖੋਰ ਦਾ ਕੀ ਕੀਤਾ ਜਾਵੇ। ਕਰਨਾ ਕੀ ਆ ਯਾਰ, ਬੰਦੇ ਇਕੱਠੇ ਕਰੋ, ਸੱਦੋ ਉਹਨੂੰ ਵੱਡੀ ਲੰਬੜਦਾਰਨੀ ਨੂੰ, ਆਹ ਕੀ ਕੰਮ ਫੜਿਆ ਲੋਕਾਂ ਦੇ ਘਰਾਂ ਵਿੱਚ ਕਲੇਸ਼ ਪਾਉਣ ਦਾ। ਉਹ ਯਾਰ ਗੱਲ ਤਾਂ ਤੇਰੀ ਠੀਕ ਆ, ਉਹ ਬੰਦਿਆਂ ਨੂੰ ਤਾਂ ਆਪਾਂ ਕਹਿ ਦਈਏ, ਪਰ ਆਪਣੇ ਵਿੱਚੋਂ ਕਈ ਬੰਦੇ ਦੋਗਲੇ ਆ ਜਿਹੜਾ ਉਹਦਾ ਪੱਖ ਲੈਂਦੇ ਆ, ਸਵਾਦ ਲੈਂਦੇ ਆ ਉਹ। ਸਿਆਣੇ ਸੱਚ ਹੀ ਕਹਿੰਦੇ ਆ, ਵਿਗੜੇ ਤਿਗੜੇ ਦਾ ਡੰਡਾ ਪੀਰ ਆ, ਇੱਕ ਦਿਨ ਘਰੇ ਬੁਲਾ ਲਈ ਤੇ ਕੁੰਡੀ ਲਾ ਲਈ ਤੇ ਫੇਰ ਹੀ ਜੁੱਤੀਆਂ ਸਾਲੀ ਦੇ। ਉਹ ਗੱਲ ਤਾਂ ਤੇਰੀ ਠੀਕ ਆ ਸਰਪੰਚਾ, ਵੈਸੇ ਔਰਤਾਂ ਦੇ ਹੱਥ ਚੱਕਣਾ ਬੰਦੇ ਨੂੰ ਸ਼ੋਭਾ ਨਹੀਂ ਦਿੰਦਾ, ਪਰ ਉਹਦੀਆਂ ਕਰਤੂਤਾਂ ਜੁੱਤੀਆਂ ਖਾਣ ਵਾਲੀਆਂ। ਹੁਣ ਤੂੰ ਜਿਵੇਂ ਕਹਿਣਾ ਨਾ ਮੈਂ ਉਵੇਂ ਕਰੂੰਗਾ। ਤੂੰ ਫਿਰ ਵੀ ਪਿੰਡ ਦਾ ਸਰਪੰਚ ਆ, ਇੱਕ ਵਾਰੀ ਮੇਰਾ ਦੱਸਣ ਦਾ ਤੈਨੂੰ ਫਰਜ਼ ਸੀ। ਚੱਲ ਠੀਕ ਆ ਬਾਈ, ਮੈਂ ਚੱਲਦਾ ਫਿਰ, ਸਤਿ ਸ੍ਰੀ ਅਕਾਲ। ਸਿੰਦੋ ਜੇ ਤੂੰ ਤੇਜ਼ ਹੈ ਨਾ ਤੇ ਤੇਜ਼ ਗੇਲਾ ਵੀ ਬਹੁਤ ਹੈ, ਹੁਣ ਸਕਾਊ ਲੋਕਾਂ ਤੋਂ ਹੱਡ ਤੇਰੇ। ਗੱਲ ਸੁਣ ਮਿੰਦੋ, ਤੂੰ ਆਪਦੇ ਘਰ ਵਾਲੇ ਨੂੰ ਤੇਲ ਦੇਤਾ ਸੀ ਕਿ ਨਹੀਂ ਦੇਤਾ ਸੀ? ਮੈਂ ਤਾਂ ਉਦੋਂ ਹੀ ਕਹਿਤਾ ਸੀ ਵੀ ਜੇ ਹੁਣ ਤੇਰੀ ਕੋਈ ਕੰਪਲੇਂਟ ਆ ਗਈ ਨਾ ਮੈਂ ਤਾਂ ਚਲੀ ਜਾਣਾ ਵਾ ਪੇਕੇ, ਹੁਣ ਉਹੀ ਸੌਂਕਣ ਰਹੂਗੀ ਮੇਰੀ ਆ ਕੇ ਤੇਰੇ। ਚੰਗਾ ਕੀਤਾ ਭੈਣੇ, ਇੱਕ ਗੱਲ ਤੋਂ ਤੂੰ ਵਧਗਾ ਕੀਤਾ, ਰੇਲ ਬਣਾਤੀ ਉਹਦੀ। ਆ ਆਪਣੇ ਵਾਲੇ ਬੰਦੇ ਨਾ ਜਦੋਂ ਬਗਾਨੀ ਤੀਵੀਂ ਦੇਖੀ ਨੀ ਬਾਲੇ ਭੁੱਛਰ ਜਾਂਦੇ ਆ ਫਿਰ। ਆ ਮੇਰੇ ਵਾਲਾ ਬੰਦਾ ਤੈਨੂੰ ਪਤਾ ਨਾ, ਉਹਨੂੰ ਤੱਕਲੇ ਵੱਲੋਂ ਸਿੱਧਾ ਕਰਤਾ ਮੈਂ, ਹਜੇ ਤੱਕਲੇ 'ਚ ਤਾਂ ਮਾੜਾ ਮੋਟਾ ਬਾਲਾ ਰਹਿ ਜਾਂਦਾ, ਉਹਦੇ 'ਚ ਨਹੀਂ ਛੱਡਿਆ ਮੈਂ। ਗੱਲ ਸੁਣ ਤੂੰ, ਆ ਮੇਰੇ ਵਾਲਾ ਬੰਦਾ ਤੈਨੂੰ ਪਤਾ ਮਜਾਲਾ ਕਿਸੇ ਬਗਾਨੀ ਜਨਾਨੀ ਵੀ ਨਹੀਂ ਦੇਖਣ ਲੱਗ ਜੇ, ਉਹਦੀਆਂ ਅੱਖਾਂ ਨਾ ਕੱਢ ਲਾ ਮੈਂ। ਨੀ ਭੈਣੇ ਮੈਂ ਵੀ ਐਂ ਕਰੂੰਗੀ, ਆ ਇਹਨੂੰ ਤਾਂ ਮੈਂ ਕਰਾਉਂਗੀ ਆਸ਼ਕੀਆਂ, ਨਾ ਜਨਾਨੀਆਂ ਘਰੇ ਕੰਮ ਕਰਦੀਆਂ ਮਰ ਜਾਣ ਤੇ ਇਹ ਬਾਰ ਦੂਜੀਆਂ ਤੀਵੀਆਂ ਨਾ ਚਸਕੇ ਲੈਣ। ਨੀ ਮਿੰਦੋ ਮੇਰੀ ਗੱਲ ਸੁਣ, ਚੰਗਾ ਹੋ ਗਿਆ ਮੈਂ ਤੈਨੂੰ ਦੱਸ ਗਈ, ਹਜੇ ਡੁੱਲੇ ਬੇਰਾਂ ਦਾ ਕੁਛ ਨੀ ਵਿਗੜਿਆ। ਤੈਨੂੰ ਮੈਂ ਇੱਕ ਹੋਰ ਗੱਲ ਦੱਸਦੀ ਆ, ਜਿਹੜਾ ਮੇਰੀ ਚਿਬਾਣੀਆਂ ਨੀ ਹਨਾ, ਜਿਹੜੀ ਉਹਦੇ ਘਰ ਵਾਲੀ ਪੁਸ਼ਪਾ, ਉਹਦੇ ਕੋਲੇ ਭੈਣੇ ਇੱਕ ਦਿਨ ਗੋਲੀ ਵਾਲਾ ਬੱਤਾ ਪੀ ਜਾਣ ਤੇ ਜਦੋਂ ਮੈਂ ਵੇਖ ਲਿਆ ਢਹਿ ਜਾਣੇ ਨੂੰ, ਮੈਨੂੰ ਦੇਖ ਕੇ ਕਸੂਥੇ ਜੇ ਮੂੰਹ ਕਰਨ ਦੋਨੇ, ਮੈਂ ਤਾਂ ਤੈਨੂੰ ਆਪਣੀ ਭੈਣ ਬਣਾ ਕੇ ਦੱਸਦੀ ਆ। ਐ ਰੱਜੀ ਤੂੰ ਮੈਨੂੰ ਪਹਿਲਾਂ ਕਿਉਂ ਨਹੀਂ ਦੱਸਿਆ? ਕੋਈ ਨਾ ਇਹਨੂੰ ਤਾਂ ਆਉਣ ਦੇ ਅੱਜ, ਇਹਨੂੰ ਤਾਂ ਮੈਂ ਪਿਆਉਣੀ ਆ ਗੋਲੀ ਵਾਲਾ ਬੱਤਾ। ਮੈਂਬਰ ਸਾਹਿਬ ਤੁਸੀਂ ਹੈਗੇ ਸਿਆਣੇ ਬੰਦੇ, ਅਸੀਂ ਤਾਂ ਹੀ ਤੁਹਾਨੂੰ ਕਿਹਾ ਜੀ, ਉਹ ਪਹਿਲਾਂ ਮੈਂ ਇਹਨੂੰ ਵੀ ਕਿਹਾ ਸੀਗਾ, ਪਰ ਇਹਨੇ ਕਿੱਥੇ ਗੱਲ ਦੀ ਗੌਰ ਕੀਤੀ ਆ। ਇਹਦਾ ਘਰ ਵੀ ਉਸੇ ਨੇ ਪੱਟਿਆ। ਇੱਕ ਮਿੰਟ ਜੀ, ਆਹ ਦੇਖ ਲਓ ਜੀ, ਹੁਣ ਵੀ ਮੇਰੀ ਤੀਵੀਂ ਕੋਲੇ ਬੈਠੀ ਆ, ਦੇ ਚੁਗਲੀਆਂ ਤੇ ਚੁਗਲੀਆਂ, ਦੇ ਚੁਗਲੀਆਂ ਤੇ ਚੁਗਲੀਆਂ। ਨਹੀਂ ਚੱਲ ਛੱਡ ਮਿੰਦੋ, ਮੇਰੀ ਗੱਲ ਸੁਣ, ਊ ਤਾਂ ਮੈਨੂੰ ਸਾਰਾ ਪਿੰਡ ਕਹਿ ਦਿੰਦਾ ਵੀ ਸ਼ਿੰਦੀ ਚੁਗਲੀਆਂ ਕਰਦੀ ਆ, ਮੈਂ ਤੇਰੇ ਕੋਲੇ ਕੋਈ ਚੁਗਲੀ ਕੀਤੀ ਆ? ਤੂੰ ਦੱਸ ਮੈਨੂੰ। ਨਹੀਂ ਨਾ ਭੈਣੇ, ਆ ਲੋਕੀ ਤਾਂ ਤੇਰੇ ਤੋਂ ਮੱਚਦੇ ਆ, ਨਾਲੇ ਜਿਹੜੇ ਚੁਗਲਖੋਰ ਕਹਿੰਦੇ ਆ ਕਈ ਜਾਂਦੇ ਆ, ਪਰ ਤੂੰ ਮੇਰੇ ਘਰ ਵਾਲੇ ਤੇ ਨਿਗਾਹ ਰੱਖੀ, ਆ ਮੈਨੂੰ ਸ਼ੱਕ ਆ ਉੱਤੇ ਪੂਰਾ। ਮੇਰੀ ਗੱਲ ਸੁਣ ਮਿੰਦੋ, ਫੇਰ ਤੈਨੂੰ ਯਕੀਨ ਆਊ, ਹੁਣ ਮੈਂ ਉਹਦੀ ਵੀਡੀਓ ਬਣਾ ਕੇ ਲੈ ਕੇ ਆਊਂਗੀ। ਚੰਗਾ ਇੱਕ ਮਿੰਟ, ਆ ਸੁਣ, ਪਾਉਂਦੀ ਆ ਨਾ ਪੰਗੇ, ਕਹਿੰਦੀ ਵੀਡੀਓ ਬਣਾਓ। ਅੱਛਾ ਤੇ ਤੁਸੀਂ ਦੋਨੇ ਸਕੀਮਾਂ ਲਾਈ ਜਾਂਦੇ ਆ, ਗੱਲ ਤਾਂ ਛਿੰਦੋ ਤੂੰ ਹੁਣ ਮੇਰੀ ਵੀਡੀਓ ਬਣਾਣੀ। ਬੇ ਮੈਂ ਚੌੜ ਕਰਦੀ ਆ, ਸਾਡੀ ਵੀਡੀਓ ਬਣਾਵੇਂਗੀ? ਬੇ ਨਹੀਂ, ਮੈਂ ਤਾਂ ਚੌੜ ਕਰਦੀ ਸੀ। ਆ ਦੇਖ ਲੈ ਮੈਂਬਰ ਸਾਹਿਬ, ਅਖੇ ਚੌੜ ਕਰਦੀ ਸੀ, ਚੌੜ ਕਰਦੀ ਸੀ, ਚੌੜ ਕਰਦੀ ਸੀ।
ਹਾਏ ਤੇਰੇ ਸੱਪ ਲੜ ਜੇ ਮੇਰੇ ਕੰਨ ਪਾੜਦਾ ਤੂੰ ਮਰ ਜੇ ਮੈਂ ਤੁਹਾਡੇ ਤੇ ਪੁਲਿਸ ਚੜਾਉਂਗੀ ਲਿਆ ਕੇ ਬੋਲ ਨੀ ਮੇਰੇ ਕੋ ਸੋਕਣੇ ਨਾ ਇਹ ਕੀ ਬੋਲੇ ਇਹਨੂੰ ਪੁੱਛ ਜਿਹਦਾ ਤੂੰ ਘਰ ਉਜਾੜਿਆ ਘਰ ਉਜਾੜਿਆ ਮੈਂ ਤਾਂ ਵੈਸੇ ਹੀ ਤੁਹਾਡੇ ਘਰੇ ਗੱਲ ਕਰਤੀ ਆ ਦੱਸ ਬਾਈ ਤੂੰ ਉਹ ਮੈਂਬਰ ਸਾਹਿਬ ਇਹਦੀ ਚੁਗਲੀ ਕਰਕੇ ਮੈਂ ਉਹਦੀ ਘਰ ਵਾਲੀ ਕੁੱਟਤੀ ਤੇ ਹੁਣ ਉਹ ਪੱਕੇ ਤੌਰ ਤੇ ਪੇਕੇ ਬੈਠੀ ਆ ਜਾ ਕੇ ਹੁਣ ਰੋਟੀ ਪਾਣੀ ਮੈਨੂੰ ਕਰਨਾ ਪੈਂਦਾ ਸਾਹਿਬ ਹਾਂ ਦੇਖ ਲਾ ਉਹ ਦੱਸ ਤੈਨੂੰ ਕੀ ਮਿਲਿਆ ਆ ਭਲੇ ਮਾਨਸ ਦਾ ਘਰ ਪੜਤਾ ਤੂੰ ਨਾਲੇ ਗੱਲ ਸੁਣ ਤੈਨੂੰ ਚੁਗਲੀ ਕਰਕੇ ਮਿਲਦਾ ਕੀ ਆ ਤੇਰੇ ਕੋਲੇ ਆਹੀ ਕੰਮ ਰਹਿ ਗਿਆ ਉਹ ਕੋਈ ਚੱਜ ਦਾ ਕੰਮ ਕਰ ਲਾ ਕਰ ਹੁਣ ਡਾਂਗ ਮੈਂ ਤੁਹਾਡੇ ਦੋਹਾਂ ਦੇ ਫੇਰਨੀ ਆ ਜਿਹਨੇ ਚੁਗਲੀ ਸੁਣੀ ਆ ਤੇ ਜਿਹਨੇ ਚੁਗਲੀ ਕੀਤੀ ਆ ਕਿਉਂ ਮੈਂਬਰਾ ਹੁਣ ਤੂੰ ਆਪ ਹੀ ਦੱਸ ਸਿਆਣਾ ਬਹਿਣਾ ਬੰਦਾ ਯਾਰ ਭਾਈ ਸ਼ਿੰਦੋ ਇਹ ਤੇਰੇ ਵਾਸਤੇ ਚੰਗਾ ਕੰਮ ਨਹੀਂ ਲੋਕਾਂ ਦੇ ਘਰਾਂ ਵਿੱਚ ਕਲੇਸ਼ ਪਾਉਣਾ ਹੋ ਮੈਂਬਰ ਸਾਹਿਬ ਮੈਂ ਤਾਂ ਕਹਿਣਾ ਇਹਦਾ ਇੱਕ ਇਲਾਜ ਆ ਇਹਦੇ ਡਾਂਗ ਫੇਰਨੀ ਚਾਹੀਦੀ ਆ ਹਾਏ ਹਾਏ ਪਾਗਲ ਹੋ ਗਿਆ ਤੁਸੀਂ ਆ ਕੀ ਕਹਿ ਰਹੇ ਆ ਹਾਂ ਹਾਂ ਮੈਂ ਪਾਗਲ ਹੋ ਗਿਆ ਉਹ ਜਿਹਦਾ ਘਰ ਟੁੱਟਦਾ ਨਾ ਉਹ ਬੰਦਾ ਪਾਗਲ ਹੀ ਹੁੰਦਾ ਲਓ ਜੀ ਮੈਥੋਂ ਬਹੁਤ ਵੱਡੀ ਗਲਤੀ ਹੋ ਗਈ ਮੈਨੂੰ ਮਾਫ ਕਰ ਦਿਓ ਮੈਂਬਰ ਜੀ ਮੈਨੂੰ ਬਚਾ ਲਓ ਮੈਥੋਂ ਬਾਲੀ ਵੱਡੀ ਗਲਤੀ ਹੋ ਗਈ ਇਦੋਂ ਬਾਅਦ ਕਿਸੇ ਦੇ ਘਰਾਂ 'ਚ ਮੈਂ ਚੁਗਲਾ ਨਹੀਂ ਕਰਦੀ ਆ ਦੇਖ ਲਾ ਆ ਦੇਖ ਲਾ ਹੁਣ ਕਿਵੇਂ ਗਪੌੜ ਸੁੱਟਦੀ ਸੀ ਤੂੰ ਵੀ ਇਹਦੇ ਮਗਰ ਲੱਗੀ ਫਿਰਦੀ ਸੀ ਉਹ ਮੈਂਬਰ ਸਾਹਿਬ ਤੁਸੀਂ ਆਪ ਹੀ ਦੱਸੋ ਹੁਣ ਇਹਦਾ ਕੀ ਇਲਾਜ ਕਰਕੇ ਚੱਲ ਕੋਈ ਨਹੀਂ ਭਾਈ ਜੇ ਗਲਤੀ ਮੰਨਦੀ ਤੇ ਮਾਫ ਕਰ ਦੇ ਹਾਂਜੀ ਹਾਂਜੀ ਮੈਂਬਰ ਸਾਹਿਬ ਮਾਫ ਕਰ ਦਿਓ ਇਹਨੂੰ ਚੱਲ ਠੀਕ ਆ ਅੱਗੇ ਤੇ ਚੁਗਲੀ ਨਹੀਂ ਹੋਣੀ ਸਾਡੇ ਘਰੇ ਕਿਸੇ ਗੱਲ ਦੀ ਚੁਗਲੀ ਨਹੀਂ ਕਰਨੀ ਨਹੀਂ ਫਿਰ ਮੈਥੋਂ ਬੜਾ ਕੁਛ ਨਹੀਂ ਨਾ ਜੀ ਮੈਂ ਹੁਣ ਕਿਸੇ ਦੀਆਂ ਚੁਗਲੀਆਂ ਨਹੀਂ ਕਰਦੀ ਤੌਬਾ ਮੇਰੇ ਅੱਗੇ ਤੂੰ ਕੰਨ ਪਾੜਤਾ ਮੈਂ ਚੁਗਲੀਆਂ ਨਹੀਂ ਕਰਦੀ ਕਿਸੇ ਨੂੰ ਚੱਲ ਜਾ ਹੁਣ ਤੂੰ ਆਪਦੇ ਘਰੇ ਮੈਂ ਬੰਤੇ ਮੈਂ ਆਪਦਾ ਝੁਮਕਾ ਲੈ ਜਾ ਉਹ ਲੈ ਜਾ ਤੇਰੇ ਝੁਮਕੇ ਤੇਰੇ ਓਏ ਬੰਤੇ ਸੱਚ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਸੀ ਨਾ ਹੁਣ ਕੀ ਗੱਲ ਆ ਹੁਣ ਤੂੰ ਕੀ ਗੱਲ ਕਰਦੀ ਆ ਗੱਲ ਕਰਾਂ ਕਿ ਨਾ ਕਰਾਂ ਬੰਤੇ ਮੇਰੀ ਗੱਲ ਸੁਣ ਹਾਂ ਹਾਂ ਕੱਲ ਤੂੰ ਮੂਰਤੀ ਨੂੰ ਪਰੌਠੇ ਖਵਾਈ ਜਾਂਦਾ ਸੀ